ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਅਤੇ ਇਸ ਵੀਡੀਓ ਵਿੱਚ ਆਪਾਂ ਮੌਸਮ ਦੀ ਤਾਜ਼ਾ ਜਾਣਕਾਰੀ ਲੈ ਕੇ ਹਾਜ਼ਰ ਹੋਏ ਹਾਂ ਅਤੇ ਗੱਲ ਕਰਾਂਗੇ ਅੱਜ 31 ਜਨਵਰੀ ਅਤੇ ਕੱਲ੍ਹ 1 ਫਰਵਰੀ ਦੇ ਮੌਸਮ ਦੀ ਕਿ ਇਹ ਜਿਹੜੇ 2 ਦਿਨ ਨੇ ਨਾ ਇੰਦਰ ਪੰਜਾਬ ਦਾ ਮੌਸਮ ਜਿਹੜਾ ਉਹ ਕਿੱਦਾਂ ਦਾ ਰਹੇਗਾ, ਕੀ ਮੌਸਮ ਵਿੱਚ ਆਪਾਂ ਨੂੰ ਹਾਲਚਾਲ ਦੇਖਣ ਨੂੰ ਮਿਲੇਗੀ, ਪੂਰੀ ਹੀ ਡਿਟੇਲ ਵਿੱਚ ਜਾਣਕਾਰੀ ਸਾਂਝੀ ਕਰਾਂਗੇ। ਸਭ ਤੋਂ ਪਹਿਲਾਂ ਆਪਾਂ ਗੱਲ ਕਰ ਲੈਂਦੇ ਹਾਂ ਅੱਜ 31 ਜਨਵਰੀ ਦੇ ਮੌਸਮ ਦੀ, ਤਾਂ ਅੱਜ ਸਵੇਰ ਤੋਂ ਲੈ ਕੇ ਸ਼ਾਮ ਸਮੇਂ ਤੱਕ ਪੰਜਾਬ ਦਾ ਜਿਹੜਾ ਮੌਸਮ ਆ ਉਹ ਸਾਫ਼ ਬਣਿਆ ਰਹੇਗਾ। ਕਿਤੇ ਵੀ ਕੋਈ ਬੱਦਲਵਾਈ ਜਾਂ ਮੀਂਹ ਦੀ ਸੰਭਾਵਨਾ ਅੱਜ ਨਹੀਂ ਹੈਗੀ। ਮੌਸਮ ਜਿਹੜਾ ਸਵੇਰ ਤੋਂ ਲੈ ਕੇ ਸ਼ਾਮ ਸਮੇਂ ਤੱਕ ਚੰਗਾ ਵਧੀਆ ਧੁੱਪ ਵਾਲਾ ਦੇਖਣ ਨੂੰ ਮਿਲੇਗਾ। ਹਵਾਵਾਂ ਜਿਹੜੀਆਂ ਨੇ ਅੱਜ ਉੱਤਰ ਪੱਛਮ ਦਿਸ਼ਾ ਤੋਂ ਥੋੜ੍ਹੀ ਜਿਹੀ ਤੇਜ਼ ਰਫ਼ਤਾਰ ਨਾਲ ਚੱਲਦੀਆਂ ਰਹਿਣਗੀਆਂ। ਅਤੇ ਇਸ ਤੋਂ ਇਲਾਵਾ ਗੱਲ ਕਰ ਲਈ 1 ਫਰਵਰੀ ਦੇ ਮੌਸਮ ਦੀ, ਤਾਂ 1 ਫਰਵਰੀ ਨੂੰ ਵੀ ਪੰਜਾਬ ਦਾ ਮੌਸਮ ਜਿਹੜਾ ਉਹ ਸਵੇਰ ਤੋਂ ਲੈ ਕੇ ਸ਼ਾਮ ਸਮੇਂ ਤੱਕ ਸਾਫ਼ ਬਣਿਆ ਰਹੇਗਾ, ਚੰਗੀ ਵਧੀਆ ਧੁੱਪ ਜਿਹੜੀ ਉਹ ਦੇਖਣ ਨੂੰ ਮਿਲਦੀ ਰਹੇਗੀ। ਕੱਲ੍ਹ ਨੂੰ ਵੀ ਕਿਤੇ ਵੀ ਬੱਦਲਵਾਈ ਦੀ ਸੰਭਾਵਨਾ ਨਹੀਂ ਹੈਗੀ। ਤਾਪਮਾਨ ਦੀ ਗੱਲ ਕਰ ਲਈ ਤਾਂ ਇਹਨਾਂ ਦੋਹਾਂ ਦਿਨਾਂ ਅੰਦਰ ਜਿਹੜਾ ਦਿਨ ਦਾ ਤਾਪਮਾਨ ਉਹ 17 ਤੋਂ ਲੈ ਕੇ 18 ਡਿਗਰੀ ਦੇ ਆਸ ਪਾਸ ਅਤੇ ਰਾਤ ਦਾ ਤਾਪਮਾਨ ਜਿਹੜਾ ਉਹ 10 ਤੋਂ ਲੈ ਕੇ 11 ਡਿਗਰੀ ਦੇ ਆਸ ਪਾਸ ਜਿਹੜਾ ਉਹ ਰਿਕਾਰਡ ਕੀਤਾ ਜਾਵੇਗਾ।